ਅਸਲਾਮੁਆਲਿਕਮ ਸਿਆਸੀ ਦੇਰਾਂ ਤੇ ਖੁਸ਼ ਆਮਦੇਦ ਹਜ਼ੂਰ ਸਦੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਬੇਟਾ ਜੀ ਵਡੀਆਂ ਖਬਰਾਂ ਇੱਕ ਵਾਰੀ ਫਿਰ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਸਾਲ ਦੀ ਸਭ ਤੋਂ ਵੱਡੀ ਖਬਰ ਸਾਲ ਦਾ ਸਭ ਤੋਂ ਵੱਡਾ ਤਹਿਲਕਾ ਤੇ ਸਾਲ ਦਾ ਸਭ ਤੋਂ ਵੱਡਾ ਰੌਲਾ ਇਸ ਸਾਲ ਖਤਮ ਹੋਣ ਤੋਂ ਪਹਿਲੇ ਮੈਂ ਤੁਹਾਡੇ ਸਾਹਮਣੇ ਅੱਜ ਲੈ ਕੇ ਹਾਜ਼ਰ ਹੋਇਆ ਸਵੇਰੇ ਸਵੇਰੇ ਗੱਲ ਜਿਹੜੀ ਹੈ ਮਿੱਠਿਆ ਬਹੁਤ ਜ਼ਿਆਦਾ ਅਗਾਹ ਵੱਧ ਚੁੱਕੀ ਹੈ ਔਰ ਉਸ ਪਾਸੇ ਗੱਲ ਜਾ ਰਹੀ ਹੈ ਜਿੱਧਰ ਮੈਂ ਪਿਛਲੇ 6-8 ਮਹੀਨੇ ਤੋਂ ਲੈ ਕੇ ਘੇਰ ਕੇ ਜਾ ਰਿਹਾ ਬਾਕੀ ਸਾਰੇ ਲੋਕ ਉਹਨਾਂ ਦੀ ਸਮਝ ਜਿਹੜੀ ਹੈ ਹੋਰ ਪਾਸੇ ਹੈ ਲੇਕਿਨ ਮੈਂ ਗੱਲ ਨੂੰ ਜਿਸ ਪਾਸੇ ਲੈ ਕੇ ਜਾ ਰਿਹਾ ਤਵਾਤਰ ਦੇ ਨਾਲ ਤੁਸੀਂ ਵੀ ਵੇਖ ਰਹੇ ਹੋ ਉਸ ਪਾਸੇ ਐ ਕਰੀਬ-ਕਰੀਬ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਬਹੁਤ ਵੱਡਾ ਤਹਲਕਾ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਔਰ ਇਸ ਤੋਂ ਬਾਅਦ ਫਿਰ ਇਹਨੂੰ ਪਈਏ ਲੱਗਣਗੇ ਤਾਂ ਤੋਰ ਚੱਲੇਗੀ ਉਧਾਂ ਚੜੇਗੀ ਫਿਰ ਜਦੋਂ ਚੰਨ ਚੜ੍ਹੇਗਾ ਤੇ ਤੁਸੀਂ ਸਾਰੇ ਜਿਹੜਾ ਇਹ ਵੇਖ ਲੈਣਾ ਫਿਰ ਤੁਸੀਂ ਕਹਿਣਾ ਕਿ ਮੈਂ ਠਾ ਠੀਕ ਕਹਿ ਰਿਹਾ ਸੀ ਅੱਛਾ ਇਸ ਤੋਂ ਪਹਿਲੇ ਅਸੀਂ ਅੱਗੇ ਚਲੀਏ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਅਗਾ ਵੀ ਤੁਸੀਂ ਨੂੰ ਲੈ ਕੇ ਚੱਲੋ ਮੁਰਾਦ ਸੈਦ ਦੀ ਗ੍ਰਿਫਤਾਰੀ ਵਾਸ਼ਲ ਕਿੱਥੇ ਵੇ ਵੱਡੇ ਸਬੂਤ ਆ ਗਏ ਇਹ ਹੁਣ ਬਹੁਤ ਵੱਡਾ ਤਹਿਲਕਾ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਗੰਡਾਪੁਰ ਦਾ ਗੁੰਡਿਆਂ ਨੂੰ ਇਨਾਮ ਇਹ ਵੀ ਠੀਕ ਹੈ ਇਹ ਵੀ ਦੱਸਨੇ 6 ਮੋਰੀ ਜੱਜਾਂ ਦੀ ਚੀਫ ਨਾਲ ਮੁਲਾਕਾਤ ਇੱਕ ਹੀ ਮਾਮਲਾ ਇਹ ਵੀ ਅਸੀਂ ਤੁਹਾਡੇ ਸਾਹਮਣੇ ਗੋਸ਼ ਕੁਜ਼ਾਰ ਕਰਨੇ ਆ ਚਲੋ ਸਭ ਤੋਂ ਪਹਿਲੇ ਅਸੀਂ ਜਿਹੜੀ ਸਭ ਤੋਂ ਵੱਡੀ ਔਰ ਸਾਲ ਦੀ ਸਭ ਤੋਂ ਵੱਡੀ ਖਬਰ ਜਿਹੜੀ ਮੈਂ ਮਤਲਬ ਕਿ ਦੋ ਸਾਲਾਂ ਦੀ ਸਭ ਤੋਂ ਵੱਡੀ ਖਬਰ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ ਮੁਰਾਦ ਸੈਦ ਦੀ ਗ੍ਰਿਫਤਾਰੀ ਔਰ ਮੁਰਾਦ ਸੈਦ ਕਿੱਥੇ ਤੇ ਨਿਸ਼ਾਨਦੇਹੀ ਹੋ ਜਾਂਦੀ ਹੈ ਇਹ ਹੁਣ ਸਰਕਾਰ ਇਸ ਵਕਤ ਮੁਰਾਦ ਸੈਦ ਜਿਹੜਾ ਇਹ ਪਾਕਿਸਤਾਨ ਦਾ ਸਭ ਤੋਂ ਮਤਲੂਬ ਸ਼ਖਸ ਜਿਹੜਾ ਉਹ ਉਹਦਾ ਨਾਮ ਹੈ ਮੁਰਾਦ ਸੈਦ ਅ ਮੁਰਾਦ ਸੈਦ ਇਸ ਵਕਤ ਕਿੱਥੇ ਆ ਕਿਹਦੇ ਕੋਲ ਹੈ ਕਿਸ ਮੁਲਕ ਵਿੱਚ ਹੈ ਇਹ ਸਾਰਾ ਖੜਾਕ ਜਿਹੜਾ ਇਹ ਮੈਂ ਤੁਹਾਨੂੰ ਦੱਸਣਾ ਲੱਗਦਾ ਇੰਜੇ ਕਿ ਰਾਸਤਰੇ ਵੀ ਲੰਗੋਟ ਕੱਸ ਲਿਆ ਜਿਹੜਾ ਮੈਂ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਕਿ ਉਸ ਪਾਸੇ ਹੁਣ ਨਵਾਂ ਕਾਨੂੰਨ ਇੱਕ ਆ ਗਿਆ ਕਿ 3 ਮਹੀਨੇ ਆਸਤੇ ਯੁੱਥਿਆ ਫੜੋ ਮੁਲਕ ਦੁਸ਼ਮਣ ਆਮ ਸਾਦਾ ਮੋਹਬੇਵਤਨ ਯੁੱਥਿਆ ਨਹੀਂ ਮੋਬੇਵਤਾਂ ਤੇ ਯੂਥੀਏ ਬਹੁਤ ਘਾਟ ਨੇ ਲੱਭਿਆ ਵੀ ਨਹੀਂ ਮਿਲਦੇ ਤੇ ਜੇ ਕੋਈ ਮਿਲ ਜਾਏ ਤੇ ਸ਼ੁਕਰ ਅਦਾ ਕਰੀਦਾ ਕਿ ਚੱਲ ਯਾਰ ਇੱਕ ਅੱਧਾ ਤੇ ਇਨਸਾਨ ਹੈ ਨਾ ਇਹਨਾਂ ਦੇ ਵਿੱਚ ਵੀ ਠੀਕ ਹੈ ਨਾ ਜੀ ਐ ਇਹ ਨਵਾਂ ਕਾਨੂੰਨ ਆ ਗਿਆ ਬਣ ਗਿਆ ਯਾਨੀ ਕਿ ਅਗਲੇ 5-7 ਦਿਨਾਂ ਚ ਕਿ ਯੂਥੀਆ ਜਿੱਥੇ ਫੜੋ ਇੰਤਿਸ਼ਾਰੀ ਯੂਥੀਆ ਉਹਨੂੰ ਚੱਕ ਲਓ ਔਰ 3 ਮਹੀਨੇ ਆਸਤੇ ਉਹਨੂੰ ਤੁਸੀਂ ਲੈ ਜਾਓ ਕਾਲਿਆਂ ਪਾਣੀਆਂ ਤੇ ਠੀਕ ਹੋ ਗਿਆ ਇਹ ਇੱਕ ਅੱਛਾ ਕਦਮ ਆਇਆ ਐ ਔਰ ਇੱਕ ਕਦਮ ਐ ਕਿਉਂ ਉਠਾਇਆ ਜਾ ਰਿਹਾ ਕਿਉਂ ਕਿ ਖਾਂ ਸਭ ਜਾ ਰਹੇ ਨੇ ਫੌਜੀ ਅਦਾਲਤ ਦੇ ਵਿੱਚ ਔਰ ਉੱਥੇ ਸੁਲਾਹ ਹੋਣੀ ਹੈ ਫੈਜ਼ ਨਾਲ ਮੁਲਾਕਾਤ ਵੀ ਹੋਣੀ ਫੈਜ਼ ਵਾਲਾ ਖਾਤਾ ਵੀ ਆਖਰ ਤੇ ਆ ਠੀਕ ਹੋ ਗਿਆ ਹੁਣ ਜਨਾਬ ਇਹ ਖਾਤਾ ਇਹ ਖੁੱਲਦਾ ਕੇ ਮੁਰਾਦ ਸੈਦ ਜਿਹੜਾ ਉਹਦਾ ਪਤਾ ਲੱਗ ਜਾਂਦਾ ਉਹ ਕਿੱਥੇ ਆ ਫੈਜ਼ ਅਬੀਦ ਸਾਹਿਬ ਤੁਹਾਨੂੰ ਪਤਾ ਅੰਦਰ ਨੇ ਔਰ ਉਹਨਾਂ ਦੇ ਕੋਲੋਂ ਹੋ ਰਹੀ ਸੀ ਤਫਤੀਸ਼ ਜਿਹੜੀ ਕਿ ਹਰ ਰੋਜ਼ ਹੁੰਦੀ ਹੈ ਔਰ ਉਸ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਤਵੱਜਾ ਨਾਲ ਮੇਰੀ ਗੱਲ ਸੁਣਨੀ ਆ ਔਰ ਜੋ ਜੋ ਮੈਂ ਕਹਿ ਰਿਹਾ ਇਹ ਇਹਗਾ ਇਹਨੂੰ ਪਈਏ ਵੀ ਲੱਗਣਗੇ ਔਰ ਇਹ ਸਾਰਾ ਵਾਕਿਆ ਹੋ ਕੇ ਤੁਹਾਨੂੰ ਨਜ਼ਰ ਵੀ ਆਏਗਾ ਫੈਜ਼ ਉਮੀਦ ਸਾਹਿਬ ਇਡਨਿ ਤਫਤੀਸ਼ ਦੇ ਦੌਰਾਨ ਇਹ ਦਸਤੇ ਨੇ ਕਿ ਮੁਰਾਦ ਸੈਦ ਜਿਹੜਾ ਉਹ ਅਰਸ਼ਦ ਸ਼ਰੀਫ ਦੇ ਕਤਲ ਦੇ ਵਿੱਚ ਜਿਹੜੇ ਮੇਨ ਚਾਰ ਬੰਦੇ ਨੇ ਉਹਨਾਂ ਦੇ ਵਿੱਚ ਇਹਦੀ ਇਹਦਾ شمار ਹੁੰਦਾ ਹੈ ਮੇਨ ਜਿਹੜੇ ਚਾਰ ਬੰਦੇ ਨੇ ਇਮਰਾਨ ਖਾਨ ਪਿੰਕੀ ਪੀਰਨੀ ਮੁਰਾਦ ਸੈਦ ਤੇ ARY ਦਾ ਮਾਲਕ ਉਹ ਕਾਲੀ ਚਰਨ ਇੱਕ ਚਾਰ ਬੰਦੇ ਉਹਨੇ ਇਹ ਉਹਨਾਂ ਚਮਾਂ ਦੇ ਵਿੱਚ ਇੱਕ ਜਿਹੜਾ ਨਾ ਚਮਾਂ ਦੇ ਵਿੱਚੋਂ ਇੱਕ ਹਿੱਸੇਦਾਰ ਇਹ ਅਰਸ਼ਦ ਸ਼ਰੀਫ ਨੂੰ ਉਧਾਂ ਚਾੜਨ ਦਾ ਔਰ 9 ਮਈ ਦੇ ਵਾਕਿਆਤ ਦੇ ਵਿੱਚ ਮੁਰਾਦ ਸੈਦ ਜਿਹੜਾ ਉਹ ਨੰਬਰ 1 ਤੇ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜਿੰਨੀ ਕੋਈ ਤਬਾਈ ਪਖਤੂਨ ਹਾਦ ਦੇ ਵਿੱਚ 9 10 ਮਈ ਨੂੰ ਮੁਰਾਦ ਸੈਦ ਨੇ ਕੀਤੀ ਜਿੰਨੀ ਵੀ ਫੌਜੀ ਤਨਸੀਬਾਤ ਸਨ ਪਖਤੂਨ ਹਾਦ ਦੇ ਵਿੱਚ ਉਹਦਾ ਤੜਨ ਤਖਤਾ ਇਹੜਾ ਉਹ ਕੀਤਾ ਮੁਰਾਦ ਸੈਦ اور ਉਹਦਾ ਜਰਾ ਸਾਰਾ ਸਾਖਤਾਬ ਸੀ ਪੂਰਾ ਤਲਬਾਨ ਤੇ ਉਰਾ ਪਰਾਂ ਤੇ ਅੱਗਾ ਪਿਛਾ ਇਹ ਮੁਰਾਦ ਸੈਦ ਨੂੰ ਗ੍ਰਫਤਾਰ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਕੁਵੈਟਾ ਦੇ ਵਿੱਚ ਹੋ ਰਿਹਾ ਕਾਸਮ ਸੂਰੀ ਦੇ ਨਾਲ ਤਲਬਾਨਾਂ ਦੇ ਹੁਜਰੇ ਦੇ ਵਿੱਚ ਉੱਥੇ ਵੀ ਕੋਸ਼ਿਸ਼ ਹੋਈ ਲੇਕਿਨ ਗੱਲ ਨਾ ਬਣੀ ਔਰ ਉਸ ਤੋਂ ਬਾਅਦ ਜਿਹੜੀ ਆਖਰੀ ਕੋਸ਼ਿਸ਼ ਹੋਈ ਸੀ ਉਹ 3 ਮਹੀਨੇ ਪਹਿਲੇ ਹੋਈ ਸੀ ਜਦੋਂ ਪਸ਼ਾਵਰ ਦੇ ਵਿੱਚ ਇੱਕ ਜਗ੍ਹਾ ਤੇ ਛੁਪਿਆ ਸੀ ਐ ਕੋਈ ਹਕੂਮਤੀ ਕਾਰੀ ਸੀ ਐ ਉਹਦੇ ਵਿੱਚ ਛੁਪਿਆ ਸੀ ਤੇ ਜਦੋਂ ਛਾਪਾ ਉੱਥੇ ਮਾਰਿਆ ਜਾਂਦਾ ਤੇ ਅੱਗੋਂ ਜਿਹੜੀ ਉੱਥੋਂ ਦੀ ਪੁਲਿਸ ਸੀ ਪਖਤੂਨ ਹਾਦੀ ਉਹ وفاقی ਜਿਹੜੀਆਂ ਏਜੰਸੀਆਂ ਸੀ ਉਹ ਆਹਮਣੇ ਸਾਹਮਣੇ ਆ ਗਏ ਦੋਨਾਂ ਨੇ ਇੱਕ ਦੂਜੇ ਤੇ ਬੰਦੂਕਾਂ ਤਾਣ ਲਈਆਂ ਇਦੋਂ ਬੰਦੂਕਾਂ ਤਾਣੀਆਂ ਤੇ ਪਿਛਲੇ ਦਰਵਾਜ਼ੇ ਤੋਂ ਉਹਨੂੰ ਨਸਾ ਦਿੱਤਾ ਉਹ ਬਾਹਰ ਬੰਦੂਕਾਂ ਤਾਣ ਕੇ ਖਲੋ ਗਿਆ ਆਪਸ ਵਿੱਚ ਕਿ ਤੁਸੀਂ ਇੱਥੇ ਨਹੀਂ ਆ ਸਕਦੇ ਇੱਥੇ ਇਹ ਸਾਡੀਆਂ ਦੂਦ ਤੇ ਵਫਾਕੀ ادارے ਨੇ ਕਿਹਾ ਨਹੀਂ ਅਸੀਂ ਇਹਨੂੰ ਫੜਨਾ ਉਹ ਇੰਨੀ ਦੇਰ ਵਿੱਚ ਉਹ ਪਿੱਛੋਂ ਨਸਾ ਦਿੱਤਾ ਔਰ ਉਸ ਤੋਂ ਬਾਅਦ ਇਹ ਵਫਾਕੀ ਏਜੰਸੀਆਂ ਪਿੱਛੇ اٹਕੀਆਂ ਤਾਂ ਕਿ ਕੋਈ ਵਾਦਾ ਕਾਟਾ ਨਾ ਹੋ ਜਾਏ ਉਦੋਂ ਮੁਰਾਦ ਸੈਦ ਨਿਕਲ ਜਾਂਦਾ ਨਿਕਲਣ ਤੋਂ ਬਾਅਦ ਇਹ ਫਿਰ ਕਿਸੇ ਦੇ ਹੱਥਾਂ ਨਹੀਂ ਚੜਿਆ ਹੁਣ ਜਨਾਬ ਇਹ ਗੱਲ ਕਨਫਰਮ ਹੁੰਦੀ ਹੈ ਕਿ ਮੁরাদ ਸੈਦ ਜਿਹੜਾ ਉਹ ਇਸ ਵਕਤ ਅਫਗਾਨਿਸਤਾਨ ਦੇ ਵਿੱਚ ਹੈ ਔਰ ਅਫਗਾਨਿਸਤਾਨ ਦੇ ਵਿੱਚ ਬਹਿ ਕੇ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ ਹਰ ਦੂਸਰੇ ਤੀਸਰੇ ਦਿਨ ਉਹਦੀ ਟਵੀਟ ਆਉਂਦੀ ਹੈ ਕੋਈ ਵੀਡੀਓ ਬਿਆਨ ਵੀ ਆਉਂਦਾ ਹੈ ਸਾਜ਼ਿਸ਼ਾਂ ਕਰ ਰਿਹਾ ਅੱਛਾ ਇਹ ਹੁਣ ਅਫਗਾਨਿਸਤਾਨ ਚਲਾ ਗਿਆ ਜ਼ੈਰੀ ਗਾਲੇ ਉਹਨੂੰ ਤਾਲਿਬਾਨ ਲੈ ਕੇ ਗਿਆ ਆਪਣੇ ਆਪ ਤੇ ਮੂੰਹ ਉਠਾ ਕੇ ਤੇ ਸਾਈਕਲ ਤੇ ਬਹਿ ਕੇ ਤਨਾ ਚਲਾ ਗਿਆ ਸਹੂਲਤਕਾਰੀ ਕੀਤੀ ਗਈ तरीका ਲੱਭਿਆ ਗਿਆ ਕਿਸ ਤਰ੍ਹਾਂ ਨੂੰ છુપਾ ਕੇ ਖੜਨਾ ਹੈ ਕਿਵੇਂ ਖੜਨਾ ਹੈ ਕਿਹੜਾ ਹੁਲੀਆ ਬਣਾ ਕੇ ਖੜਨਾ ਹੈ ਔਰਤ ਦੇ ਰੂਪ ਵਿੱਚ ਖੜਨਾ ਹੈ ਮਰਦ ਦੇ ਰੂਪ ਵਿੱਚ ਖੜਨਾ ਹੈ ਬੱਚੇ ਦੇ ਰੂਪ ਵਿੱਚ ਖੜਨਾ ਹੈ ਕਿਵੇਂ ਖੜਨਾ ਹੈ ਇਹ ਸਾਰਾ ਉਹਨਾਂ ਇੰਤਜ਼ਾਮ ਕੀਤਾ ਨਾ ਔਰ ਕਿਹੜੇ ਰਾਹ ਦੇ ਵਿੱਚੋਂ ਖੜਨਾ ਹੈ ਜਿੱਥੇ ਨਹੀਂ ਹੁੰਦੇ ਸਿਕਿਉਰਿਟੀ ਏਜੰਸੀਆਂ ਜਾਂ ਜੋ ਵੀ ਕੋਈ ਰਾਹ ਕੋਈ ਐਸਾ ਕੋਈ ਕੋਈ ਖੋਡ ਹੋਏਗੀ ਨਾ ਜਿੱਥੋਂ ਗਿਆ ਹੋਣਾ ਸਿੱਧਾ ਸਿੱਧਾ ਬਾਰਡਰ ਤੋਂ ਤਾਂ ਨਹੀਂ ਲੰਘਿਆ ਹੋਣਾ ਪਾਸਪੋਰਟ ਵਹਾ ਕੇ ਠੀਕ ਹੋ ਗਿਆ ਨਾ ਜੀ ਇਹ ਹੁਣ ਸਰਕਾਰ ਇਹ ਇਹ ਪਤਾ ਇਹ ਲੱਗਦਾ ਕਿ ਇਹ ਉਹਨਾਂ ਅਫਗਾਨਿਸਤਾਨ ਵਿੱਚ ਐ ਔਰ ਮੁਰਾਦ ਸੈਦ ਨੂੰ ਇੱਥੇ ਹੁਣ ਤਵਜੋ ਦੇਣੀ ਹੈ ਮੁਰਾਦ ਸੈਦ ਨੂੰ ਅਫਗਾਨਿਸਤਾਨ ਦੇ ਵਿੱਚ ਪਨਾਹ ਦੇਣ ਦੇ ਬਦਲੇ ਕੇਪੀਕੇ ਦੀ ਹਕੂਮਤ ਨੇ ਇੱਥੋਂ ਤਵਜੋ ਪੂਰੀ ਕਰਨੀ ਮਿਠਿਆ ਮੁਰਾਦ ਸੈਦ ਨੂੰ ਅਫਗਾਨਿਸਤਾਨ ਦੇ ਵਿੱਚ ਪਨਾਹ ਦੇਣ ਦੇ ਬਦਲੇ ਕੇਪੀਕੇ ਦੀ ਹਕੂਮਤ ਨੇ ਤਾਲਬਾਨ ਨੂੰ ਅੱਧੇ ਸੂਬੇ ਦੀ ਹੁਕਮਰਾਨੀ ਦਿੱਤੀ ਜ਼ਰਾ ਚੈੱਕ ਕਰਕੇ ਮੁਰਾਦ ਸੈਦ ਦੀ ਹਮੀਅਤ ਕਿੰਨੀ ਜ਼ਿਆਦਾ ਹੈ ਔਰ ਜਦੋਂ ਵੀ ਕੋਈ ਵਕੀਲ ਜਾਂ ਕੋਈ ਨਿਆਜ਼ੀ ਦੀ ਭੈਣ ਜਾਂ ਕੋਈ ਰਿਸ਼ਤੇਦਾਰ ਉਹਨੂੰ ਜੇਲ੍ਹ ਦੇ ਵਿੱਚ ਮਿਲਦਾ ਸਭ ਤੋਂ ਪਹਿਲੇ ਮੁਰਾਦ ਸੈਦ ਦਾ ਪੁੱਛਦਾ ਔਰ ਆਖਰ ਤੇ ਵੀ ਮੁਰਾਦ ਸੈਦ ਦਾ ਪੁੱਛਦਾ ਫੈਜ਼ ਉਮੀਦ ਨੇ ਠੀਕ ਕਿਹਾ ਨਾ ਕਿ ਅਰਸ਼ਦ ਸ਼ਰੀਫ ਦੇ ਕਤਲ ਦੇ ਵਿੱਚ ਚੌਹਾਂ ਦੇ ਵਿੱਚੋਂ ਇੱਕ ਇਹ ਵੀ ਬੰਦਾ ਮੌਜੂਦ ਹੈ ਇਹ ਮੇਨ ਕਿਰਦਾਰਾਂ ਦੇ ਵਿੱਚੋਂ ਹੈ ਅਰਸ਼ਦ ਸ਼ਰੀਫ ਦੇ ਕਤਲ ਦੇ ਵਿੱਚੋਂ ਠੀਕ ਹੋ ਗਿਆ ਮੁਰਾਦ ਸੈਦ ਨੂੰ ਅਫਗਾਨਿਸਤਾਨ ਹਫਾਜ਼ਤ ਨਾਲ ਪਹੁੰਚਾਣਾ ਔਰ ਉਸ ਤੋਂ ਬਾਅਦ ਉਹਨੂੰ ਬਾ ਹਫਾਜ਼ਤ ਉੱਥੇ ਰੱਖਣਾ ਉਹਦੀ ਡੀਲ ਦੇ ਬਦਲੇ ਤਾਲਿਬਾਨ ਨੂੰ ਪਖਤੂਨ ਹਾ ਦੇ ਅੱਧੇ ਸੂਬੇ ਦੇ ਉੱਤੇ ਹਕੂਮਤ ਦਿੱਤੀ ਗਈ ਇਹ ਬਾਈ ਜਾਨ ਠੀਕ ਹੋ ਗਿਆ ਅੱਗੇ ਆਓ ਐ ਔਰ ਇਹ ਇਹ ਆ ਹੁਣ ਰਿਆਸਤ ਨੂੰ ਫੈਜ਼ ਮੀਤ ਤੋਂ ਤਫਤੀਸ਼ ਤੋਂ ਬਾਅਦ ਰਿਆਸਤ ਨੂੰ ਹੁਣ ਮੁਰਾਦ ਸੈਦ ਦੀ ਜ਼ਰੂਰਤ ਪੈ ਜਾਂਦੀ ਹੈ ਔਰ ਰਿਆਸਤ ਪਾਕਿਸਤਾਨ ਜਿਹੜੀ ਹੈ ਉਹਨੇ ਹੁਣ ਸਫਾਰਤੀ ਚੈਨਲ ਜਿਹੜਾ ਉਹ ਇਸਤੇਮਾਲ ਕਰਨਾ ਹੈ ਅਫਗਾਨਿਸਤਾਨ ਦੇ ਨਾਲ ਔਰ ਅਫਗਾਨਿਸਤਾਨ ਦੀ ਹਕੂਮਤ ਨੂੰ ਕਹਿਣਾ ਕਿ ਮੁਰਾਦ ਸੈਦ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਏ ਇਹ 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 ਪਹਿਲੀ ਦਫਾ ਹੋ ਰਿਹਾ ਕਿ ਇਹ ਜਿਹੜੀ ਤਾਲਬਾਨ ਦੀ ਹਕੂਮਤ ਆਈ ਹੈ ਇਹਨਾਂ ਨੂੰ ਪਾਕਿਸਤਾਨ ਸਰਕਾਰੀ ਸਤਾ ਤੇ ਇੱਕ ਬੰਦੇ ਦੀ ਹਵਾਲਗੀ ਇਹਨਾਂ ਕੋਲੋਂ ਮੰਗ ਰਿਹਾ ਹੈ ਕਿਉਂਕਿ ਪਾਕਿਸਤਾਨ ਆਸਤੇ ਬਹੁਤ ਜ਼ਰੂਰੀ ਹੋ ਚੁੱਕਿਆ ਅਮਰਦ ਸੈਦ ਅਰਸ਼ਦ ਸ਼ਰੀਫ ਦਾ ਕਤਲ 9 ਮਈ ਔਰ ਨਿਆਜ਼ੀ ਦਾ ਫੌਜੀ ਟ੍ਰਾਇਲ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਚੁੱਕੀਆਂ ਨੇ ਫੈਜ਼ ਅਮੀਦ ਨੂੰ ਵਿੱਚ ਪਾਓ ਫੈਜ਼ ਅਮੀਦ ਦਾ ਟ੍ਰਾਇਲ ਅਰਸ਼ਦ ਸ਼ਰੀਫ ਦਾ ਕਤਲ 9 ਮਈ ਦੀ ਇਨਕੁਆਰੀ ਤੇ ਇਹ ਇਮਰਾਨ ਖਾਨ ਦੀ ਫੌਜੀ ਅਦਾਲਤ ਦੀ ਹਵਾਲਗੀ ਇਹ ਚਾਰ ਚੀਜ਼ਾਂ ਮਿਲ ਗਈਆਂ ਗੁੱਛਾ ਜਿਹਾ ਬਣ ਗਿਆ ਇੱਕ ਵੀ ਵਿੱਚੋਂ ਨਿਕਲਦੀ ਏ ਤੇ ਧੜਮ ਕਰਕੇ ਡਿੱਗਦਾ ਉਹ ਉਹ ਗੁੱਛਾ ਬਣਾਉਣ ਵਾਸਤੇ ਮੁਰਾਦ ਸਹੀਦ ਜ਼ਰੂਰੀ ਹੋ ਚੁੱਕੇ ਆ ਇਮਰਾਨ ਖਾਨ ਦੀ ਕਿਉਂ ਫੌਜੀ ਟ੍ਰਾਇਲ ਵਾਲੇ ਪਾਸੇ ਅਜੇ ਨਹੀਂ ਜਾਂਦਾ ਪਿਆ ਕਿਉਂਕਿ ਇੱਕ ਚੀਜ਼ ਵਿੱਚੋਂ ਮਿਸ ਹੈਗੇ ਜਿਹਦਾ ਨਾਮ ਮੁਰਾਦ ਸਹੀਦ ਠੀਕ ਹੋ ਗਿਆ ਇਹ ਹੁਣ ਇਹ ਇਹ Imran Khan Murad Saeed Faiz Umaid Arshad Sharif 9 ਮਈ ਇਹ ਆਪਸ ਦੇ ਵਿੱਚ ਜੁੜੇ ਹੋਏ ਸਾਰੇ ਮਹਿਕਮੇ ਨੇ ਤੇ Imran Khan ਦੇ ਖਿਲਾਫ ਜਿਹੜਾ ਮਕਦਮਾ 9 ਮਈ ਵਾਲਾ ਉਹ Faiz Umaid ਔਰ Murad Saeed ਦੀ ਗ੍ਰਿਫਤਾਰੀ ਦੇ ਨਾਲ ਜੁੜਿਆ ਹੈ Faiz Umaid ਤੇ ਹੋ ਗਿਆ ਗ੍ਰਿਫਤਾਰ ਉਹਨੇ ਤੇ ਸਾਰਾ ਕੁਝ ਦੱਸ ਦਿੱਤਾ ਉਹਨੇ ਤੇ ਇਹ ਵੀ ਦੱਸ ਦਿੱਤਾ ਕਿ 9 ਮਈ ਰਾਤ ਨੂੰ ਮੇਰੇ ਘਰ ਕਿਹੜਾ ਕਿਹੜਾ ਬੰਦਾ ਮੌਜੂਦ ਸੀ 10 ਮਈ ਨੂੰ ਮਿਰਰ ਕਰ ਕਿਨੇ ਪਨਾ ਲਈ 11 ਨੂੰ ਕਿਨੇ ਲਈ ਅਗਲੇ 2 ਹਫਤੇ ਕਿਨੇ ਮੇਰੇ ਘਰ ਪਨਾ ਲਈ ਚਕਵਾਲ ਦੇ ਵਿੱਚ ਉਹਨਾਂ ਦੇ ਵਿਚਾਰੇ ਨੇ ਸਾਰਾ ਕੁਝ ਦੱਸ ਦਿੱਤਾ ਇਹ ਹੁਣ ਅਸੀਂ ਇਹ ਵੇਖਣਾ ਕਿ ریاست ਪਾਕਿਸਤਾਨ ਜਿਹੜੀ ਹੈ ਉਹਨੇ ਹੁਣ ਅਫੀਸ਼ੀਅਲੀ ਤੌਰ ਤੇ ਪਹਿਲੀ ਦਫਾ ਸਫਾਰਤੀ ਚੈਨਲ ਜਿਹੜਾ ਇਸਤੇਮਾਲ ਕਰਨਾ ਹੈ ਅਫਗਾਨਿਸਤਾਨ ਦੀ ਤਾਲਬਾਨ ਹਕੂਮਤ ਦੇ ਨਾਲ ਕਿ ਸਾਡਾ ਬੰਦਾ ਜਿਹੜਾ ਉਹ ਸਾਨੂੰ ਦੇ ਦਿਓ ਤੇ ਮੁਰਾਦ ਸੈਦ ਜਿਸ ਦਿਨ ਪਾਕਿਸਤਾਨ ਦੇ ਹਵਾਲੇ ਹੋ ਗਿਆ ਉਸ ਦਿਨ ਫਿਰ ਸਾਰਾ ਕੁਝ ਜਿਹੜਾ ਉਹ ਅਮਨੋ ਅਮਾਨ ਖਤਮ ਖਾਤੇ ਹੀ ਖਤਮ ਹੋ ਜਾਣਾ ਇਸ وجہ ਤੋਂ ਵੀ ਫੈਜ਼ ਈਮید ਨੂੰ ਹਜੇ ਤੱਕ ਸਜ਼ਾ ਨਹੀਂ ਦਿੱਤੀ ਜਾ ਰਹੀ ਕਿਉਂਕਿ ਵਿੱਚੋਂ ਇੱਕ ਕੜੀ ਮਿਸ ਹੈ ਫੈਜ਼ ਈਮید ਵੀ ਮਲਬਸ ਹੈ ਅਰਸ਼ਦ ਸਰੀਦ ਦੇ ਮਾਮਲੇ ਦੇ ਵਿੱਚ ਲੇਕਿਨ ਉਹ ਇੱਕ ਸਹੂਲਤਕਾਰੀ ਦੇ ਚੱਕਰ ਵਿੱਚ ਮਲਬਸ ਹੈ ਠੀਕ ਹੋ ਗਿਆ ਨਾ ਭਾਈ ਜਾਨ ਤੇ ਇਹ ਸਾਲ ਦੀ ਸਭ ਤੋਂ ਵੱਡੀ ਖਬਰ ਹੈ ਕਿ ਮੁਰਾਦ ਸੈਦ ਕਿੱਥੇ ਆ ਔਰ ਕਿਵੇਂ ਉਹ ਗਿਆ ਔਰ ਉਹਦੇ ਬਦਲੇ ਕੀ ਦਿੱਤਾ ਗਿਆ ਔਰ ਹੁਣ ਮੁਰਾਦ ਸੈਦ ਜ਼ਰੂਰੀ ਹੋ ਚੁਕੇ ਆ ਰਿਆਸਤ ਆਸਤੇ ਜਿਹੜਾ ਉਹ ਗਾਣਾ ਨਹੀਂ ਕਿ ਜ਼ਿੰਦਾ ਰਹਿਣੇ ਕੇ ਲਈ ਸਨਮ ਇੱਕ ਮੁਲਾਕਾਤ ਜ਼ਰੂਰੀ ਹੈ ਸਨਮ ਇਸ ਤਰ੍ਹਾਂ ਕਰਕੇ ਕੋਈ ਗਾਣਾ ਹੈ ਇਹ ਹੁਣ ਰਿਆਸਤੇ ਪਾਕਿਸਤਾਨ ਆਸਤੇ ਇਹ ਜ਼ਰੂਰੀ ਹੋ ਚੁਕੇ ਆ ਮੁਰਾਦ ਸੈਦ ਠੀਕ ਹੋ ਗਿਆ ਨਾ ਜੀ ਅੱਛਾ ਅੱਗੇ ਜਨਾਬ ਆਓ ਗੰਡਾਪੁਰ ਦਾ ਗੁੰਡਿਆਂ ਨੂੰ ਇਨਾਮ ਇਹ ਹੁਣ ਜਨਾਬ ਸੈਂਕੜਿਆਂ ਦੇ ਹਿਸਾਬ ਤੇ ਇਹ ਜਦੋਂ ਪਾਕਿਸਤਾਨ ਫਤਿਹ ਕਰਨ ਗਿਆ ਸੀ اسلامਾਬਾਦ ਦੇ ਵਿੱਚ ਤੇ ਸਰਕਾਰੀ ਮੁਲਾਜ਼ਮੀਆਂ ਨਾਲ ਲੈ ਕੇ ਗਿਆ ਸੀ ਸੈਂਕੜਿਆਂ ਦੇ ਹਿਸਾਬ ਤੇ اسلام آباد ਉਹ پھڑے ਜਾਂਦੇ ਨੇ ਉਹ ਉਹਨਾਂ ਨੂੰ ਹੁਣ ਇਨਸਾਨੀਅਤ ਦੇ ਦਹਿਸ਼ਤਗਰਦੀ ਦੀ عدالت ਨੇ ਰਿਹਾ ਕੀਤਾ ਔਰ ਗੰਡਾਪੁਰ ਨੇ ਉਹਨਾਂ ਨੂੰ ਬਲਾ ਕੇ ਤੇ ਉਹ ਉਹ ਜਿਹੜੇ ਗੁੰਡੇ ਸੀ ਜਿਨ੍ਹਾਂ ਰਸਤੇ ਪਾਕਿਸਤਾਨ ਤੇ ਹਮਲਾ ਕੀਤਾ بجائے ਇਸ ਦੇ ਕਿ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਂਦਾ ਆਪ ਨਾਲ ਲੈ ਕੇ ਗਿਆ ਸੀ ਨੌਕਰੀਆਂ ਤੋਂ ਕੀ ਕੱਢਣਾ ਸੀ ਅਸੀਂ ਵੀ پاگل ਆਏ ਗੱਲ ਕਰਕੇ بجائے ਇਸ ਦੇ ਕਿ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਂਦਾ ਉਹਨਾਂ ਨੂੰ ਬਲਾ ਕੇ وزیر اعلی ਹਾਊਸ ਦੇ ਵਿੱਚ 10-10 ਹਜ਼ਾਰ ਰੁਪਇਆ ਇਨਾਮ ਦਿੱਤਾ ਔਰ ਜਿਹੜੇ ਜਿਹੜੇ ਉਹ ਰੈਂਕਦੇ ਸੀ ਇੱਕ ਇੱਕ ਰੈਂਕ ਵੀ ਉਹਨਾਂ ਦਾ ਵਧਾ ਦਿੱਤਾ ਕਿ ਬਹੁਤ ਅੱਛਾ ਕੀਤਾ ਤੁਸੀਂ ਪਾਕਿਸਤਾਨ ਤੇ ਹਮਲਾ ਕੀਤਾ ਔਰ ਤੁਹਾਡਾ ਇੱਕ ਇੱਕ ਰੈਂਕ ਵੀ ਵਧਾ ਦਿੱਤਾ ਔਰ 10-10 ਹਜ਼ਾਰ ਰੁਪਇਆ ਤੁਹਾਨੂੰ ਇਨਾਮ ਵੀ ਦਿੱਤਾ ਐ ਅਜੇ ਪਾਕਿਸਤਾਨ ਠੀਕ ਹੈ ਨਾ ਯੁੱਥੀਆ ਜਰਾ ਅੱਗੇ ਕੀ ਆਜੇ ਐ ਜੀ ਐ ਜੀ ਜਿਹੜਾ ਬਾਹਰ ਯੁੱਥੀਆ ਜਿਹੜੀ ਅਮਰੀਕਾ ਦੇ ਵਿੱਚ ਮਾਈਆਂ ਬੈਠੀਆਂ ਨੇ ਨਾ ਯੁੱਥਣਾ ਜੀ ਨੇ ਤਰਾ ਤਰਾ ਬੁਆਏਫ੍ਰੈਂਡ ਰੱਖੇ ਨੇ ਤੇ ਨਾਲ ਬੰਦਾ ਸਾਰਾ ਦਿਨ ਕੰਮ ਤੇ ਹੁੰਦਾ ਤੇ ਤਰਾ ਤਰਾ ਰੱਖਿਆ ਨੇ ਉਹਨਾਂ ਵਾਸਤੇ ਇਹ ਪੇਗਾਮ ਹੈ ਇਹ ਪਾਕਿਸਤਾਨ ਨਿਊਯਾਰਕ ਦੀ ਜੁਥ ਨੇ ਇਹ ਹੀ ਉਹ ਬਰਿਆਸਤ ਤੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਆ ਕੇ ਉਹਨੂੰ ਅਨਾਮਾਦ ਦੇ ਰਿਹਾ ਕਿ ਬਹੁਤ ਅੱਛਾ ਕੀਤਾ ਤੂੰ ਪਾਕਿਸਤਾਨ ਤੇ ਹਮਲਾ ਕੀਤਾ ਹੈ ਨਿਊਯਾਰਕ ਔਰ ਲੰਡਨ ਦੀਆਂ ਜਿਹੜੀਆਂ ਤੁਸੀਂ ਜੋ ਹਨ ਪਟਾਕੇ ਇਹ ਨਵੇਂ ਪਾਕਿਸਤਾਨ ਤੁਹਾਨੂੰ ਚਾਹੀਦਾ ਹੈ ਹੈ ਠੀਕ ਯਕੀਨ ਕਰੋ ਕਿ ਜਦ ਮਿਲ ਜਾਣਾ ਤੂੰ ਤੇ ਚਸ ਬੜੀ ਆ ਹੈ ਅੱਛਾ ਅੱਗੇ ਜਨਾਬ ਤੁਸੀਂ ਇਹ 6 ਮੋਰੀ ਜੱਜਾਂ ਦੀ ਚੀਫ ਨਾਲ ਮੁਲਾਕਾਤ ਇਹ ਹੁਣ ਸਰਕਾਰ 6 ਮੋਰੀ ਜੱਜ ਨੇ ਇਸਲਾਮਾਬਾਦ ਹਾਈ ਕੋਰਟ ਤੇ ਜਿਨ੍ਹਾਂ ਉਦੋਂ ਮਲਕ ریاض ਕੋਲੋਂ ਪੈਸੇ ਲੈ ਕੇ ਔਰ ਬੰਦੀਾਲ ਦੇ ਕਹਨਤੇ ਤੇ ਔਰ ਪੂਰਾ ਮੋਰਾ ਗਰੁੱਪ ਬਣਾ ਕੇ ਤੇ ਪਾਕਿਸਤਾਨ ਦੀਆਂ ਜਿਹੜੀਆਂ ਏਜੰਸੀਆਂ ਨੇ ਆਈਐਸਆਈ ਔਰ ਫੌਜ ਔਰ ਉਹਨਾਂ ਦੇ ਖਿਲਾਫ ਚੀਫ ਜਸਟਿਸ ਨੂੰ ਖਤ ਲਿਖਿਆ ਕਿ ਇਹ ਜਿਹੜੀਆਂ ਏਜੰਸੀਆਂ ਨੇ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੀਆਂ ਸਾਡੇ ਕੰਮ ਦੇ ਵਿੱਚ ਰੁਕਾਵਟ ਪਾਉਂਦੀਆਂ ਰਵੇ ਤੁਸੀਂ ਅੰਦਾਜ਼ਾ ਲਾ ਲਓ ਮੈਂ ਏਜੰਸੀਆਂ ਹਜਰ ਰਕਾਵਟ ਪਾਉਂਦੀਆਂ ਨੇ ਤੇ 6 ਬੈਰਕਾਂ ਤਰੋੜ ਕੇ ਤੇ ਇੱਕ ਮਹਾਲਨਮਾ ਬੈਰਕ ਬਣਾ ਕੇ ਵਿੱਚ ਮੁੰਡੇ ਕੁੜੀਆਂ ਤੇਲ ਚਲਗੋਜ਼ੇ ਬਦਾਮ ਪਿਸਤੇ ਸ਼ਰਬਤ ਦੁੱਧ ਕੜਾਈਆਂ ਕੁੱਕੜ ਬੱਕਰੇ ਦਿੱਤੇ ਗਏ 6 ਬੈਰਕਾਂ ਟਾ ਕੇ ਜੁਵਾਈ ਨੂੰ ਉੱਥੇ ਮਹੱਲ ਬਣਾ ਕੇ ਦਿੱਤਾ ਤੇ ਕਹਿੰਦੇ ਨੇ ਸਾਨੂੰ ਏਜੰਸੀਆਂ ਰੱਖਦੀਆਂ ਤੇ ਏਜੰਸੀਆਂ ਨੇ ਇਹ ਕਿਉਂ ਨਹੀਂ ਰੱਖਿਆ ਹੈ ਜਜ ਇਸਹਾਕ ਏਜੰਸੀਆਂ ਨੇ ਇਹ ਕਿਉਂ ਨਹੀਂ ਰੱਖਿਆ ਤੇ ਇਹ ਜਿਹੜੇ 6 ਮੋਰੇ ਜੱਜ ਨੇ ਇਹਨਾਂ ਦੀ ਚੀਫ ਜਸਟਿਸ ਸਾਹਿਬਾ ਨਵੇਂ ਜਿਹੜੇ ਆਏ ਨੇ ਇਹਨਾਂ ਦੇ ਨਾਲ ਹੋਈ ਮੁਲਾਕਾਤ ਉਹਨਾਂ ਪਤਾ ਨਹੀਂ ਇਹ ਮੁਲਾਕਾਤ ਦੇ ਵਿੱਚ ਉਹ ਪੁੱਛਦੇ ਪੁੱਛਣਗੇ ਤੁਸੀਂ ਇਹ ਕਿਉਂ ਲਿਖਿਆ ਜਾਂ ਕੀ ਤੁਹਾਡੇ ਕੋਲ ਸਬੂਤ ਨੇ ਕੀ ਮਾਮਲਾਤ ਨੇ ਕੀ ਚੱਕਰ ਨੇ ਕੀ ਮਾਮਲਾ ਹੈ ਜਾਂ ਤੁਸੀਂ ਇਹ ਕੀ ਇਹ ਜਿਹੜੀ اسلامਬਾਦ ਹਾਈ ਕੋਰਟ ਹੈ ਤੁਸੀਂ ਇਹਨੂੰ ਜ਼ਮਾਨਪਾਰਕ ਕਿਉਂ ਬਣਾਇਆ ਬਨੀ ਗਾਲਾ ਕਿਉਂ ਬਣਾਇਆ ਚਕਲਾਟੂ ਪ੍ਰੋਗਰਾਮ ਕਿਉਂ ਮੜੇ ਇੱਥੇ ਬਣਾਇਆ ਇੱਥੇ ਚੀਫ ਜਸਟਿਸ ਸਾਹਿਬ ਪੁੱਛਣਗੇ ਤੇ ਪਤਾ ਲੱਗੇਗਾ ਮੁਲਾਕਾਤ ਹੋ ਗਈ ਹੈ ਜੇ ਅੰਦਰੋਂ ਕੋਈ ਪਤਾ ਨਹੀਂ ਲੱਗਾ ਕਿ ਕੀ ਹੋਇਆ ਤੇ ਕੀ ਨਹੀਂ ਤੇ ਇਹ ਉਹਨਾਂ ਦੀ ਮੁਲਾਕਾਤ ਜਿਹੜੀ ਇਹ ਉੱਥੇ ਹੋਈ ਹੈ ਮੈਂ ਕਿਹਾ ਮੈਂ ਤੁਹਾਨੂੰ ਦੱਸ ਦਿਆਂ ਦੇ ਵਿੱਚ ਕੋਈ ਜਿਹੜੀ ਤਫਸੀਲ ਆਏਗੀ ਉਹ ਵੀ ਤੁਹਾਨੂੰ ਦੱਸਾਂਗੇ ਇੱਕ ਹੋਰ ਖਬਰ ਤੁਹਾਨੂੰ ਦੇ ਦਿਆਂ ਪਾਕਿਸਤਾਨ ਦੇ ਵਿੱਚ ਪਾਸਪੋਰਟ ਜਿਹੜੇ ਨੇ ਉਹ ਬੜੇ ਡਿਲੇ ਹੋ ਰਹੇ ਨੇ ਲੋਕਾਂ ਦੇ ਪਾਕਿਸਤਾਨੀ ਪਾਸਪੋਰਟ 6-6 ਮਹੀਨੇ ਚ ਨਹੀਂ ਮਿਲਦਾ ਅਰਜੈਂਟ ਉਹ ਅਸਾਂ ਖਬਰ ਕੀਤੀ ਸੀ ਚਾਰ-ਪੰਜ ਦਿਨ ਪਹਿਲੇ ਪਤਾ ਨਹੀਂ ਹੁਣ ਸਾਡੀ ਵਜ੍ਹਾ ਤੋਂ ਜਾਂ ਉਹਨਾਂ ਦੀ ਅੱਲਾ ਲੈ ਪਾਕਿਸਤਾਨ ਨੇ ਨਵੀਆਂ ਪ੍ਰਿੰਟਿੰਗ ਮਸ਼ੀਨਾਂ ਮੰਗਾ ਲਈਆਂ ਜਿਹਦੇ ਕੀ ਕਮੀ ਸੀ ਕਿਉਂਕਿ ਬਹੁਤ ਜ਼ਿਆਦਾ ਲੋਡ ਤੇ ਨਵੀਆਂ ਪ੍ਰਿੰਟਿੰਗ ਮਸ਼ੀਨਾਂ ਜਿਹੜੀਆਂ ਨੇ ਉਹ ਆਪਣੇ ਥਾਂ ਤੇ ਲੱਗ ਗਈਆਂ ਨੇ ਤੇ ਇੱਕ ਡੇਢ ਮਹੀਨੇ ਦੇ ਵਿੱਚ ਜਦੋਂ ਪੂਰਾ ਸਰਕਲ ਚ ਖਾਤਾ ਆਏਗਾ ਤੇ ਇਹ ਪਾਸਪੋਰਟ ਤੁਹਾਡੇ ਔਨ ਟਾਈਮ ਤੁਹਾਨੂੰ ਮਿਲਣ ਕਰਨਗੇ ਜਿਹੜੇ ਟਾਈਮ ਤੇ ਉਹ ਵਾਦਾ ਕਰਦੇ ਨੇ ਤੇ ਇਹ ਅੱਛਾ ਕਦਮ ਹੈ ਹਕੂਮਤ ਨੇ ਨਵੀਆਂ ਮਜ਼ੀਦ ਪ੍ਰਿੰਟਿੰਗ ਮਸ਼ੀਨਾਂ ਜਿਹੜੀਆਂ ਉਹ ਬਾਹਰੋਂ ਮੰਗਵਾ ਕੇ ਤੇ ਕੰਮ ੜਾ ੜਾ ਪਟਾ ਜਿਹੜਾ ਉਹ 24 ਘੰਟੇ ਚਾੜ ਦਿੱਤਾ ਤੇ ਇਹ ਸ਼ਿਕਾਇਤ ਤੁਹਾਡੀ ਜਿਹੜੀਆਂ ਨੇ ਇਹ ਦੂਰ ਹੋ ਜਾਣਗੀਆਂ ਔਰ ਮੈਂ ਜਿਹੜੀ ਗੱਲ ਦੋ ਚਾਰ ਹਫ਼ਤੇ ਤੇ ਲੱਗਣ ਕਿ ਨਾ ਇੱਕ ਸਰਕਲ ਚ ਆਂਦੇ ਆਂਦੇ ਆ ਐ ਤੇ ਉਹ ਫਿਰ ਹੋ ਜਾਏਗਾ ਮੈਂ ਕਿਹਾ ਮੈਂ ਤੁਹਾਨੂੰ ਦੱਸ ਦਿਆਂ ਕਿ ਹਕੂਮਤ ਨੇ ਅਸੀਂ ਜਿਹੜੀ ਅਪੀਲ ਕੀਤੀ ਸੀ ਉਹ ਨਵੀਆਂ ਮਸ਼ੀਨਾਂ ਆ ਕੇ ਚਾਲੂ ਕਰ ਦਿੱਤੀਆਂ ੜਾ ੜਾ ਪਾਸਪੋਰਟ ਬਣਵਾ ਰਹੀਆਂ ਬਾਸ ਹੁਣ ਜਿੰਨਾਂ ਦੀ ਖੇੜ ਜ਼ਿਆਦਾ ਤੁਹਾਡੇ ਨਾਲ ਹੁਣ ਜ਼ਿਆਤੀ ਨਹੀਂ ਹੋਏਗੀ ਬਹੁਤ ਸ਼ੁਕਰੀਆ